ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਸਾਡੇ ਇਸ YouTube ਚੈਨਲ ਊਪਸ ਪਲੈਨਟ ਦੇ ਵਿੱਚ। ਦੋਸਤੋ, ਅੱਜ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨ ਜਾ ਰਿਹਾ ਦਾ ਗ੍ਰੇਟ ਕੰਮ ਆ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਹਾਰਨ ਵਾਲੇ ਪਹਿਲਵਾਨ ਗੁਲਾਮ ਮੁਹੰਮਦ ਦੀ। ਦੋਸਤੋ, ਇਹਨਾਂ ਨੇ ਭਾਰਤੀ ਕੁਸ਼ਤੀ ਨੂੰ ਇੰਟਰਨੈਸ਼ਨਲ ਲੈਵਲ 'ਤੇ ਪਹਿਚਾਣ ਦਵਾਈ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਹਾਰ ਕੇ ਇੱਕ ਵਰਲਡ ਰਿਕਾਰਡ ਮੇਨਟੇਨ ਕੀਤਾ। ਅਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਹਨਾਂ ਨੂੰ 52 ਸਾਲ ਦੇ ਆਪਣੇ ਕਰੀਅਰ ਦੇ ਵਿੱਚ ਅੱਜ ਤੱਕ ਕੋਈ ਵੀ ਹਰਾ ਨਹੀਂ ਸਕਿਆ। ਇੱਕ ਦਿਨ ਦੇ ਵਿੱਚ 1000 ਡੰਡ ਲਾਉਂਦੇ ਸੀ ਅਤੇ ਇਹਨਾਂ ਦੀ ਡਾਈਟ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਗਾਮਾ ਹਰ ਰੋਜ਼ 6 ਦੇਸੀ ਚਿਕਨ, 15 ਲੀਟਰ ਦੁੱਧ, 1/2 ਕਿਲੋ ਬਦਾਮ ਅਤੇ 1/2 ਕਿਲੋ ਦੇਸੀ ਘੀ ਹਰ ਰੋਜ਼ ਖਾਂਦੇ ਸੀ। ਗਾਮਾ ਨੇ ਇੱਕ ਇੱਦਾਂ ਦੇ ਰਿਕਾਰਡ ਕਾਇਮ ਕੀਤੇ ਕਿ ਲੋਕਾਂ ਨੂੰ ਅੱਜ ਵਿਸ਼ਵਾਸ ਨਹੀਂ ਹੋ ਰਿਹਾ ਕਿ ਗਾਮਾ ਪਹਿਲਵਾਨ ਵਰਗਾ ਇਨਸਾਨ ਅਸਲੀ ਦੁਨੀਆ ਦੇ ਵਿੱਚ ਹੈਗਾ ਵੀ ਸੀ ਜਾਂ ਫਿਰ ਨਹੀਂ। ਇੱਥੇ ਤੱਕ ਕਿ ਮਾਰਸ਼ਲ ਆਰਟ ਦੇ ਬਾਦਸ਼ਾਹ ਬਰੂਸ ਲੀ ਵੀ ਗਾਮਾ ਪਹਿਲਵਾਨ ਦੇ ਹੀ ਫੈਨ ਸੀ। ਤਾਂ ਚਲੋ ਦੋਸਤੋ, ਇਸ ਮਹਾਨ ਹਸਤੀ ਦੀ ਲਾਈਫ ਨੂੰ ਆਪਾਂ ਸ਼ੁਰੂ ਤੋਂ ਜਾਣਦੇ ਹਾਂ। ਸ਼ੁਰੂ ਕਰਨ ਤੋਂ ਪਹਿਲਾਂ, ਜੇ ਤੁਸੀਂ ਸਾਡੇ YouTube ਚੈਨਲ ਊਪਸ ਪਲੈਨਟ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਅਤੇ ਨੋਟੀਫਿਕੇਸ਼ਨ ਬੈਲ 'ਤੇ ਕਲਿੱਕ ਜ਼ਰੂਰ ਕਰ ਲਓ, ਜਿਸ ਦੇ ਨਾਲ ਤੁਹਾਨੂੰ ਸਾਡੀ ਹਰ ਲੇਟੈਸਟ ਵੀਡੀਓ ਦੀ ਅਪਡੇਟ ਮਿਲਦੀ ਰਹੂਗੀ। ਤਾਂ ਚਲੋ ਸ਼ੁਰੂ ਕਰਦੇ ਹਾਂ ਇਹ ਵੀਡੀਓ। ਗਾਮਾ ਪਹਿਲਵਾਨ ਦਾ ਜਨਮ 22 ਮਈ 1878 ਨੂੰ ਪੰਜਾਬ ਦੀ ਹੋਲੀ ਸਿਟੀ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਇਹਨਾਂ ਦੇ ਪਿਤਾ ਦਾ ਨਾਮ ਮੁਹੰਮਦ ਅਜ਼ੀਜ਼ ਸੀ, ਜੋ ਕਿ ਇੱਕ ਪ੍ਰਸਿੱਧ ਪੇਸ਼ੇਵਰ ਪਹਿਲਵਾਨ ਸੀ। ਪਰ ਗਾਮਾ ਦੇ ਜਨਮ ਤੋਂ ਕੁਝ ਸਾਲ ਬਾਅਦ ਹੀ ਇਹਨਾਂ ਦੀ ਮ੍ਰਿਤਿਊ ਹੋ ਗਈ। ਤਾਂ ਫਿਰ ਉਦੋਂ ਦਾਤੀਆ ਦੇ ਰਾਜੇ ਨੇ ਗਾਮਾ ਨੂੰ ਪਹਿਲਵਾਨ ਦੀ ਟ੍ਰੇਨਿੰਗ ਦੇਣ ਦੇ ਲਈ ਆਪਣੇ ਕੋਲ ਰੱਖ ਲਿਆ, ਜਿੱਥੇ ਗਾਮਾ ਨੇ ਆਪਣੀ ਪਹਿਲਵਾਨੀ ਦੇ ਗੁਣ ਸਿੱਖਦੇ ਨੇ ਹੀ ਕਈ ਵੱਡੇ ਵੱਡੇ ਮਹਾਰਥੀਆਂ ਨੂੰ ਆਪਣੀ 10 ਸਾਲ ਦੀ ਉਮਰ ਦੇ ਵਿੱਚ ਹੀ ਮਾਤ ਦੇ ਦਿੱਤੀ। ਅਤੇ ਆਪਣੀ ਛੋਟੀ ਜਿਹੀ ਉਮਰ ਦੇ ਕਾਰਨ ਅਤੇ ਆਪਣੇ ਟੈਲੈਂਟ ਦਾ ਕਰਕੇ ਇਹ ਲਾਗੇ ਛਾਗੇ ਦੇ ਰਾਜਿਆਂ ਦੇ ਵਿੱਚ ਫੇਮਸ ਹੋਣ ਲੱਗ ਪਏ। ਪਰ ਇਹ ਸਭ ਤੋਂ ਜ਼ਿਆਦਾ ਪੂਰੀ ਦੁਨੀਆ ਦੇ ਵਿੱਚ ਉਦੋਂ ਮਸ਼ਹੂਰ ਹੋਏ ਜਦੋਂ ਇਹਨਾਂ ਨੇ ਰੁਸਤਮੇ ਹਿੰਦ ਰਹੀਮ ਬਖਸ਼ ਸੁਲਤਾਨੀ ਵਾਲਾ ਨੂੰ ਸ਼ਰੇਆਮ ਚੈਲੰਜ ਦੇ ਦਿੱਤਾ। ਦੋਸਤੋ, ਰਹੀਮ ਦੀ ਲੰਬਾਈ 6 ਫੁੱਟ 9 ਇੰਚ ਸੀ, ਜਦਕਿ ਗਾਮਾ ਸਿਰਫ 5 ਫੁੱਟ 7 ਇੰਚ ਦੇ ਸੀ। ਪਰ ਇਸ ਮੈਚ ਤੋਂ ਗਾਮਾ ਬਿਲਕੁਲ ਵੀ ਨਹੀਂ ਘਬਰਾਏ ਅਤੇ ਉਹਨਾਂ ਨੇ ਇਸ ਮੈਚ ਦੇ ਵਿੱਚ ਰਹੀਮ ਨੂੰ ਪੂਰੀ ਬਰਾਬਰ ਦੀ ਟੱਕਰ ਦਿੱਤੀ ਅਤੇ ਅੰਤ ਵਿੱਚ ਇਹ ਮੈਚ ਡਰਾਅ ਹੋ ਗਿਆ। ਉਹਨਾਂ ਦਿਨਾਂ ਦੇ ਵਿੱਚ ਰਹੀਮ ਦੇ ਸਾਹਮਣੇ ਕੋਈ ਵੀ ਨਹੀਂ ਟੈਕ ਪਾਉਂਦਾ ਸੀ, ਪਰ 17 ਸਾਲ ਦੇ ਇਸ ਲੜਕੇ ਨੇ ਰਹੀਮ ਨੂੰ ਬਰਾਬਰ ਦੀ ਟੱਕਰ ਦੇ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਅਤੇ ਇਸ ਤੋਂ ਬਾਅਦ ਦਿਨ ਬ ਦਿਨ ਇਹਨਾਂ ਦੀ ਪ੍ਰਸਿੱਧੀ ਵੱਧਦੀ ਗਈ। ਅਤੇ ਇਸ ਤੋਂ ਬਾਅਦ 1898 ਤੋਂ ਲੈ ਕੇ 1907 ਦੇ ਵਿੱਚ ਦਤੀਆ ਦੇ ਗੁਲਾਮ ਮਹਜੂਦੀਨ, ਗੋਪਾਲ ਦੇ ਪ੍ਰਤਾਪ ਸਿੰਘ, ਇੰਦੌਰ ਦੇ ਅਲੀ ਬਾਬਾ ਸਿੰਘ ਅਤੇ ਮੁਲਤਾਨ ਦੇ ਹਸਿਰ ਜਿਹੇ ਪਹਿਲਵਾਨਾਂ ਨੂੰ ਮਾਤ ਦੇ ਦਿੱਤੀ। 1910 ਦੇ ਵਿੱਚ ਇੱਕ ਵਾਰ ਫਿਰ ਗਾਮਾ ਦਾ ਮੁਕਾਬਲਾ ਰੁਸਤਮੇ ਹਿੰਦ ਦੇ ਨਾਲ ਹੋਇਆ, ਪਰ ਇਸ ਵਾਰ ਫਿਰ ਮੈਚ ਡਰਾਅ ਰਿਹਾ। ਹੁਣ ਗਾਮਾ ਇੱਕ ਅਜਿਹੇ ਪਹਿਲਵਾਨ ਬਣ ਚੁੱਕੇ ਸੀ ਜਿਨ੍ਹਾਂ ਨੂੰ ਰਿੰਗ ਦੇ ਵਿੱਚ ਅੱਜ ਤੱਕ ਕੋਈ ਵੀ ਨਹੀਂ ਹਰਾ ਸਕਿਆ ਸੀ। ਭਾਰਤ ਦੇ ਸਾਰੇ ਨਾਮੀ ਪਹਿਲਵਾਨਾਂ ਨੂੰ ਹਰਾਉਣ ਤੋਂ ਬਾਅਦ ਗਾਮਾ ਬ੍ਰਿਟੇਨ ਚਲ ਗਏ ਅਤੇ ਉੱਥੇ ਉਹਨਾਂ ਨੇ ਵਿਦੇਸ਼ੀ ਪਹਿਲਵਾਨਾਂ ਨੂੰ ਹਰਾਉਣ ਦਾ ਆਪਣਾ ਮਨ ਬਣਾ ਲਿਆ। ਪਰ ਜਦਕਿ ਉਹਨਾਂ ਦੀ ਲੰਬਾਈ ਘੱਟ ਸੀ, ਜਿਸ ਕਰਕੇ ਉਹਨਾਂ ਨੂੰ ਵੈਸਟਰਨ ਰੈਸਲਿੰਗ ਦੇ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ। ਇਸ ਗੱਲ ਦਾ ਗਾਮਾ ਨੂੰ ਬਹੁਤ ਹੀ ਜ਼ਿਆਦਾ ਦੁੱਖ ਹੋਇਆ, ਪਰ ਉਹਨਾਂ ਦੇ ਵਿੱਚ ਜਨੂੰਨ ਸੀ, ਜਿਸ ਦਾ ਕਾਰਨ ਉਹਨਾਂ ਨੇ ਬ੍ਰਿਟੇਨ ਦੇ ਨਾਮੀ ਪਹਿਲਵਾਨ ਸਟੈਨਿਸਲੌਸ ਜਿਵੇਸਕੋ ਨੂੰ ਸ਼ਰੇਆਮ ਚੈਲੰਜ ਕਰ ਦਿੱਤਾ। ਵਰਲਡ ਚੈਂਪੀਅਨ ਸਟੈਨਿਸਲੌਸ ਨੇ ਵੀ ਗਾਮਾ ਦੇ ਇਸ ਚੈਲੰਜ ਨੂੰ ਅਕਸੈਪਟ ਕਰ ਲਿਆ ਅਤੇ ਆਖਿਰਕਾਰ 10 ਸਤੰਬਰ 1910 ਨੂੰ ਇਹਨਾਂ ਦੀ ਫਾਈਟ ਰਿੰਗ ਦੇ ਵਿੱਚ ਹੋਈ। 2 ਘੰਟੇ 35 ਮਿੰਟ ਉਹ ਲੜਾਈ ਚੱਲਣ ਤੋਂ ਬਾਅਦ ਵੀ ਇਹਨਾਂ ਦਾ ਕੋਈ ਵੀ ਫੈਸਲਾ ਨਹੀਂ ਨਿਕਲਿਆ ਅਤੇ ਇਸ ਵਾਰ ਫਿਰ ਮੈਚ ਡਰਾਅ ਰਿਹਾ। ਮੈਚ ਦੁਆਰਾ 19 ਸਤੰਬਰ 2010 ਨੂੰ ਹੋਣਾ ਤੈਅ ਹੋਇਆ, ਲੇਕਿਨ ਜਿਵੇਸਕੋ ਮੈਚ ਦੇ ਵਿੱਚ ਆਉਣ ਦੀ ਆਪਣੀ ਹਿੰਮਤ ਨਹੀਂ ਜੁਟਾ ਸਕੇ ਕਿਉਂਕਿ ਉਹ ਗਾਮਾ ਦੇ ਕੋਲੋਂ ਡਰ ਗਏ ਸੀ, ਜਿਸ ਕਾਰਨ ਗਾਮਾ ਨੂੰ ਵਿਜੇਤਾ ਘੋਸ਼ਿਤ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਗਾਮਾ ਵਰਲਡ ਹੈਵੀਵੇਟ ਜਿੱਤਣ ਵਾਲੇ ਭਾਰਤ ਦੇ ਪਹਿਲੇ ਪਹਿਲਵਾਨ ਬਣ ਗਏ। ਇੰਗਲੈਂਡ ਤੋਂ ਵਾਪਸ ਆਉਣ ਤੋਂ ਬਾਅਦ ਗਾਮਾ ਦਾ ਮੁਕਾਬਲਾ ਇੱਕ ਵਾਰ ਫਿਰ ਰੁਸਤਮੇ ਹਿੰਦ ਰਹੀਮ ਬਖਸ਼ ਦੇ ਨਾਲ ਹੋਇਆ, ਪਰ ਇਸ ਵਾਰ ਮੈਚ ਡਰਾਅ ਨਹੀਂ ਰਿਹਾ ਅਤੇ ਗਾਮਾ ਮੈਚ ਜਿੱਤ ਗਏ ਅਤੇ ਗਾਮਾ ਨੇ ਰਹੀਮ ਨੂੰ ਬੁਰੀ ਤਰ੍ਹਾਂ ਹਰਾ ਦਿੱਤਾ ਸੀ। ਅਤੇ ਇਸ ਫਾਈਟ ਨੂੰ ਜਿੱਤਣ ਤੋਂ ਬਾਅਦ ਗਾਮਾ ਦੇ ਨਾਮ ਦੇ ਨਾਲ ਵੀ ਰੁਸਤਮੇ ਹਿੰਦ ਨਾਮ ਦਾ ਟਾਈਟਲ ਲੱਗ ਗਿਆ। ਆਖਿਰਕਾਰ 1927 ਦੇ ਵਿੱਚ ਗਾਮਾ ਨੇ ਆਪਣੀ ਆਖਰੀ ਲੜਾਈ ਲੜੀ ਅਤੇ ਇਸ ਦੌਰਾਨ ਉਹਨਾਂ ਨੇ ਸਵੀਡਨ ਦੇ ਪਹਿਲਵਾਨ ਜੇਸ ਪੀਟਰਸਨ ਨੂੰ ਹਰਾ ਕੇ ਇਸ ਖੇਡ ਨੂੰ ਹਮੇਸ਼ਾ ਦੇ ਲਈ ਸ਼ਾਂਤੀ ਦੇ ਨਾਲ ਛੱਡ ਦਿੱਤਾ। ਇੰਡੀਆ ਪਾਕਿਸਤਾਨ ਦੀ ਵੰਡ ਤੋਂ ਬਾਅਦ ਗਾਮਾ 1947 ਦੇ ਵਿੱਚ ਹਮੇਸ਼ਾ ਲਈ ਪਾਕਿਸਤਾਨ ਦੇ ਵਿੱਚ ਵੱਸ ਗਏ ਅਤੇ ਉੱਥੇ ਹੀ ਉਹਨਾਂ ਦੀ ਲੰਬੀ ਬਿਮਾਰੀ ਕੱਟਣ ਦੇ ਨਾਲ ਉਹਨਾਂ ਦੀ 1963 ਦੇ ਵਿੱਚ ਮੌਤ ਹੋ ਗਈ।
ਭਾਵੇਂ ਅੱਜ ਕੱਲ੍ਹ ਬੋਡੀ ਬਿਲਡਿੰਗ ਦੇ ਕਰੀਅਰ ਦੇ ਵਿੱਚ ਬਹੁਤ ਸਾਰੀਆਂ ਆਧੁਨਿਕ ਮਸ਼ੀਨਾਂ ਆ ਗਈਆਂ ਹਨ, ਪਰ ਗਾਮਾ ਨੇ ਉਸ ਟਾਈਮ ਪੱਥਰਾਂ ਦੇ ਬਣਾਏ ਡੰਬਲਸ, ਗੋਲਾ ਅਤੇ ਹੋਰ ਵੀ ਕਈ ਦੇਸੀ ਤਰੀਕੇ ਦੇ ਨਾਲ ਆਪਣੇ ਸਰੀਰ ਨੂੰ ਮੇਨਟੇਨ ਕੀਤਾ ਸੀ ਅਤੇ ਉਹਨਾਂ ਦੇ ਦੁਆਰਾ ਵਰਤਿਆ ਜਾਣ ਵਾਲਾ ਸਮਾਨ ਅੱਜ ਵੀ ਪਟਿਆਲਾ ਦੇ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਮਿਊਜ਼ੀਅਮ ਦੇ ਵਿੱਚ ਉਪਲਬਧ ਹੈ। ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਅਤੇ ਕਮੈਂਟ ਕਰਕੇ ਦੱਸ ਦਿਓ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ। ਜੇ ਤੁਸੀਂ ਇਸੇ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਨੂੰ ਦੇਖਣਾ ਚਾਹੁੰਦੇ ਹੋ ਤਾਂ ਸਾਡਾ ਯੂਟਿਊਬ ਚੈਨਲ ਓਪਸ ਪਲੈਨਟਸ ਥੱਲੇ ਦਿੱਤੇ ਗਏ ਸਬਸਕ੍ਰਾਈਬ ਬਟਨ 'ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰ ਲਓ ਅਤੇ ਨੋਟੀਫਿਕੇਸ਼ਨ ਦੇ ਆਈਕਨ 'ਤੇ ਕਲਿੱਕ ਕਰ ਲਿਓ, ਜਿਸ ਦੇ ਨਾਲ ਤੁਹਾਨੂੰ ਸਾਡੀ ਆਉਣ ਵਾਲੀ ਹਰ ਵੀਡੀਓ ਦੀ ਲੇਟੈਸਟ ਨੋਟੀਫਿਕੇਸ਼ਨ ਮਿਲਦੀ ਰਹੂਗੀ। ਤੁਹਾਡਾ ਕੀਮਤੀ ਸਮੇਂ ਕੱਢ ਕੇ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਾਰ ਮੋਰ ਅਪਡੇਟਸ ਸਬਸਕ੍ਰਾਈਬ ਟੂ ਆਰ ਚੈਨਲ ਐਂਡ ਇੰਜੋਏ ਵਾਚਿੰਗ ਦ ਵੀਡੀਓਜ਼।